ਕੁਮਾਰੀ ਮਾਇਆਵਤੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਜੀ ਦੇ ਦਿਸ਼ਾ ਹੁਕਮਾਂ ਦੇ ਅਨੁਸਾਰ ਮਾਣਯੋਗ ਪੰਜਾਬ ਦੇ ਪ੍ਰਭਾਰੀ ਸ਼੍ਰੀ ਰਣਜੀਤ ਸਿੰਘ ਬੈਨੀਵਾਲ ਜੀ ਔਰ ਸਾਂਸਦ ਰਾਜਾ ਰਾਮ ਜੀ ਉਹਨਾਂ ਦੀ ਦੇਖ ਰੇਖ ਦੇ ਹੇਠ ਜਿਹੜਾ ਪੰਜਾਬ ਸਰਕਾਰ ਨੇ ਦਲਿਤ ਵਿਰੋਧੀ ਫੈਸਲਾ ਲਿਆ ਸੀ, ਅਨੁਸੂਚਿਤ ਜਾਤੀਆਂ ਦਾ ਵਿਰੋਧੀ ਫੈਸਲਾ ਲਿਆ ਸੀ, ਉਸ ਫੈਸਲੇ ਦੇ ਵਿੱਚ PCS ਦੀ ਜਿਹੜੀ ਸੇਵਾਵਾਂ ਸੀਗੀਆਂ ਉਹਦੇ 'ਚ ਅਨੁਸੂਚਿਤ ਜਾਤੀਆਂ ਦੇ ਮੌਕੇ ਘਟਾਏ ਸੀ। ਅਸੀਂ 4 ਦਿਨ ਪਹਿਲਾਂ ਇਸ ਪ੍ਰੋਗਰਾਮ ਨੂੰ ਲਿਖਿਆ ਸੀਗਾ ਕਿ ਪੂਰੇ ਪੰਜਾਬ ਦੀਆਂ 117 ਵਿਧਾਨ ਸਭਾਵਾਂ ਇਕੱਠੀਆਂ ਹੋ ਕੇ 22 ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ DC ਨੂੰ ਮੈਮੋਰੈਂਡਮ ਦੇਣਗੀਆਂ ਗਵਰਨਰ ਦੇ ਨਾਮ ਔਰ ਮੰਗ ਕਰਨਗੀਆਂ ਕਿ ਪੰਜਾਬ ਸਰਕਾਰ ਭੰਗ ਕੀਤੀ ਜਾਵੇ ਔਰ ਕਾਂਗਰਸ ਔਰ ਕੈਪਟਨ ਸਰਕਾਰ ਦੇ ਪੁਤਲੇ ਬਣਾ ਕੇ ਅਰਥੀਆਂ ਸਜਾ ਕੇ ਔਰ ਕਾਲੀ ਚਾਦਰ ਦੇ ਕੇ ਕਾਲੇ ਘੜੇ ਦੇ ਨਾਲ ਔਰ ਬੁੱਢੇ ਨਾਲੇ ਦਾ ਜਾਂ ਨਾਲੀਆਂ ਦਾ ਗੰਦਾ ਪਾਣੀ ਭਰ ਕੇ ਉਹ ਜਿਹੜਾ ਘੜਾ ਭੰਨਣਾ ਸੀ ਔਰ ਪੂਰੇ ਜ਼ਬਰਦਸਤ ਪ੍ਰੋਗਰਾਮ ਜਿਹੜੇ ਹੈਗੇ ਆ ਤਿਆਰੀ ਨਾਲ ਹੋਏ ਆ 22 ਜ਼ਿਲ੍ਹਾ ਹੈੱਡਕੁਆਟਰਾਂ 'ਤੇ। 22 ਨਹੀਂ ਹੋਏ, ਮੈਨੂੰ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਇੱਦਾਂ ਵੀ ਖਬਰਾਂ ਆ ਰਹੀਆਂ ਕਿ ਲੋਕਾਂ ਨੇ ਆਪ ਮੁਹਾਰੇ ਵੀ ਅਰਥੀਆਂ ਫੂਕੀਆਂ ਔਰ ਆਪ ਮੁਹਾਰੇ ਵੀ ਘੜੇ ਭੁੰਨੇ ਜ਼ਿਲ੍ਹਾ ਹੈੱਡਕੁਆਟਰਾਂ ਤੋਂ ਬਗੈਰ ਵੀ। ਔਰ ਕੈਪਟਨ ਸਰਕਾਰ ਜਿਹੜੀ ਆ ਉਹ ਵਿਧਾਨ ਸਭਾ ਦੇ ਵਿੱਚ ਕੱਲ੍ਹ ਸੈਸ਼ਨ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਤੋਂ ਡਰੀ ਆ, ਝੁਕੀ ਆ ਔਰ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਖੜ੍ਹੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜੇ ਮੁੱਖ ਮੰਤਰੀ ਪੰਜਾਬ ਹੈ ਉਹਨਾਂ ਨੇ ਫੈਸਲਾ ਵਾਪਸ ਲਿਆ ਆ ਔਰ ਇਕੱਲਾ ਫੈਸਲਾ ਵਾਪਸ ਨਹੀਂ ਲਿਆ, ਬਹੁਜਨ ਸਮਾਜ ਪਾਰਟੀ ਦੀ ਦੂਜੀ ਵੱਡੀ ਜਿੱਤ ਇਹ ਹੋਈ ਆ ਕਿ ਜਿਹੜਾ ਫੈਸਲਾ ਤਾਂ ਵਾਪਸ ਲਿਆ ਹੀ ਲਿਆ, ਜਿਹਨੂੰ ਪੰਜਾਬ ਵਾਲੇ ਤਾਂ ਇੱਦਾਂ ਕਹਿ ਦਿੰਦੇ ਆ ਥੁੱਕ ਕੇ ਚੱਟਿਆ, ਉਹ ਫੈਸਲਾ ਤਾਂ ਵਾਪਸ ਲਿਆ ਹੀ ਲਿਆ ਆ। ਨਾਲ ਦੀ ਨਾਲ ਅਨੁਸੂਚਿਤ ਜਾਤੀ ਵਰਗਾਂ ਦੀ ਜਿਹੜੀ ਏਜ ਲਿਮਿਟ ਸੀ ਉਹ 37 ਸਾਲ ਤੋਂ 42 ਸਾਲ ਕਰਤੀ, ਇਹ ਦੂਜੀ ਜਿੱਤ ਹੋਈ ਆ। ਤੀਜੀ ਜਿੱਤ ਇਹ ਹੋਈ ਆ ਜਿਹੜੇ ਸਾਡੇ ਪਛੜਾ ਵਰਗ ਦੇ ਵਿਦਿਆਰਥੀ ਸੀ OBC ਬਰਾਦਰੀ ਆ, OBC ਸ਼੍ਰੇਣੀਆਂ, ਉਹਨਾਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਜਿਹੜੇ 33 ਸਾਲ ਦੀ ਉਮਰ ਹੁੰਦੀ ਸੀ ਪਹਿਲਾਂ ਉਹ ਉਮਰ ਵਧਾ ਕੇ 40 ਸਾਲ ਕੀਤੀ ਹੈ, ਸਾਡੀ ਬਹੁਜਨ ਸਮਾਜ ਪਾਰਟੀ ਦੀ ਤੀਜੀ ਜਿੱਤ ਹੋਈ ਆ। ਚੌਥੀ ਜਿੱਤ ਕੱਲ੍ਹ ਬਹੁਜਨ ਸਮਾਜ ਪਾਰਟੀ ਦੀ ਹੋਈ ਆ ਕਿ OBC ਸ਼੍ਰੇਣੀਆਂ ਨੂੰ, ਪਛੜੇ ਵਰਗਾਂ ਨੂੰ ਅੱਗੇ ਮੌਕੇ ਮਿਲਦੇ ਸੀ 7, ਹੁਣ ਮੌਕੇ ਕੈਪਟਨ ਸਰਕਾਰ ਨੇ, ਕਾਂਗਰਸ ਸਰਕਾਰ ਨੇ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਤੋਂ ਡਰ ਕੇ 9 ਕੀਤੇ ਆ। ਪੰਜਵੀਂ ਜਿੱਤ ਬਹੁਜਨ ਸਮਾਜ ਪਾਰਟੀ ਦੀ ਕੱਲ੍ਹ ਹੋਈ, ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀ ਹੋਈ, ਭੈਣ ਕੁਮਾਰੀ ਮਾਇਆਵਤੀ ਜੀ ਦੇ ਆਦੇਸ਼ਾਂ ਦੀ ਹੋਈ ਕਿ ਜਿਹੜੇ ਜਨਰਲ ਵਰਗਾਂ ਦੇ ਵਿਦਿਆਰਥੀ ਸੀ ਉਹਨਾਂ ਦੀ ਏਜ ਲਿਮਿਟ 30 ਸਾਲ ਸੀ, ਉਹਨਾਂ ਦੀ ਏਜ ਲਿਮਿਟ ਵੀ 37 ਸਾਲ ਕੀਤੀ ਗਈ ਆ। ਛੇਵੀਂ ਜਿੱਤ ਬਹੁਜਨ ਸਮਾਜ ਪਾਰਟੀ ਦੀ ਕੱਲ੍ਹ ਇਹ ਹੋਈ ਜਿਹੜਾ 22 ਜ਼ਿਲ੍ਹਾ ਹੈੱਡਕੁਆਟਰਾਂ ਦੇ ਕੈਪਟਨ ਸਾਹਿਬ ਦੀ ਅਰਥੀ ਕਾਲੇ ਕੱਪੜੇ ਕਾਲੇ ਘੜੇ ਔਰ ਕਾਲੇ ਗੰਦੇ ਪਾਣੀ ਨਾਲ ਆਪਾਂ ਭੰਨ ਕੇ ਕੀਤੀ ਫੂਕਿਆ ਕਿ ਕਿਤੇ ਗਵਰਨਰ ਪੰਜਾਬ ਸਰਕਾਰ ਨੂੰ ਭੰਗ ਨਾ ਕਰਦਾ ਹੈ। ਬਹੁਜਨ ਸਮਾਜ ਪਾਰਟੀ ਦਾ ਕਹਿਣਾ ਮੰਨ ਕੇ ਕੈਪਟਨ ਅਮਰਿੰਦਰ ਸਿੰਘ ਨੇ 6ਵੀਂ ਜਿੱਤ ਸਾਡੀ ਇਹ ਹੋਈ ਕਿ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਜਿਹੜੇ ਅੱਗੇ ਮੌਕੇ 4 ਮਿਲਦੇ ਸੀ ਹੁਣ ਉਹ ਮੌਕੇ ਵਧਾ ਕੇ 6 ਕਰਦੇ ਆ। ਇਸ ਜਿੱਤ ਦੇ ਨਾਲ ਬਹੁਜਨ ਸਮਾਜ ਪਾਰਟੀ ਪੂਰੇ ਪੰਜਾਬ ਦੇ ਵਿੱਚ ਇੱਕ ਵੱਡਾ ਝੰਡਾ ਵੱਡੇ ਵੱਡੇ ਬਾਂਸ ਪਾ ਕੇ ਖੜ੍ਹੇ ਕਰ ਰਹੀ ਆ, ਜੋ ਹਮਸੇ ਟਕਰਾਏਗਾ ਚੂਰ ਚੂਰ ਹੋ ਜਾਏਗਾ, ਲੇਕਿਨ ਉਹ ਚੂਰ ਚੂਰ ਅਸੀਂ ਇਹਨਾਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੂੰ ਲੋਕਤੰਤਰੀ ਤਰੀਕੇ ਨਾਲ ਕਰਾਂਗੇ। 2022 ਦਾ ਯੁੱਧ ਇਹਨਾਂ ਨੂੰ ਸੱਤਾ ਵਿੱਚੋਂ ਬਾਹਰ ਕਰਕੇ ਅਸੀਂ ਇਸ ਜਿਹੜਾ ਇਹਨਾਂ ਦਾ ਚੱਕਣਾ ਚੂਰ ਜਿਹੜਾ ਕਰਾਂਗੇ, ਵੋਟਾਂ ਦੇ ਡੱਬੇ ਦੇ ਵਿੱਚ ਵੋਟਾਂ ਕੱਢ ਕੇ ਹਾਥੀ ਨੂੰ ਜਿਤਾ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਲੜਾਈ ਲੜਾਂਗੇ 2022 ਦੇ ਵਿੱਚ। ਔਰ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਪਾਰਟੀ ਵਰਕਰਾਂ ਦਾ, ਸਮਰਥਕਾਂ ਦਾ, ਲੀਡਰ ਸਾਹਿਬਾਨ ਦਾ ਇਸ ਜਿੱਤ ਦੀ ਵਧਾਈ ਦਿੰਦਾ ਹੋਇਆ ਧੰਨਵਾਦ ਕਰਦਾ ਹਾਂ। ਭੈਣ ਕੁਮਾਰੀ ਮਾਇਆਵਤੀ ਜੀ ਦਾ ਧੰਨਵਾਦ ਕਰਦਾ, ਮਾਣਯੋਗ ਪੰਜਾਬ ਦੇ ਇੰਚਾਰਜ ਸ਼੍ਰੀ ਰਾਜਾ ਰਾਮ ਜੀ, ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ, ਜਿਨ੍ਹਾਂ ਨੇ ਬੜੀ ਬਰੀਕੀ ਦੇ ਨਾਲ
ਬੜੀ ਬਰੀਕੀ ਦੇ ਨਾਲ ਇਕੱਲੀ ਇਕੱਲੀ ਨਜ਼ਰ ਖਬਰ 'ਤੇ ਜ਼ਿਲ੍ਹੇ 'ਤੇ ਹਰ ਗੱਲ ਦੇ ਵਿੱਚ ਮੈਨੂੰ ਆਦੇਸ਼ ਦਿੱਤਾ ਆਹ ਕਰੋ ਆਹ ਕਰੋ ਔਰ ਇਹ ਬੜਾ ਪ੍ਰੋਗਰਾਮ ਸਫਲ ਹੋਇਆ ਅਤੇ ਉਹਨਾਂ ਦੇ ਨਿਰਦੇਸ਼ਾਂ ਤਹਿਤ ਹੀ ਹੋਇਆ। ਮੈਂ ਸਤਿਕਾਰਯੋਗ ਇੰਚਾਰਜਾਂ ਦਾ ਵੀ ਧੰਨਵਾਦ ਕਰਦਾ। ਜੈ ਭੀਮ ਜੈ ਭਾਰਤ।